ਹੈਗਾ ਡੈਮੋਕ੍ਰੇਸੀ ਆ, ਅਸੀਂ ਨਾ 400 ਪਾਰ ਕਹਿਣ ਵਾਲੇ ਹਾਂ ਅਤੇ ਨਾ 13-0 ਕਹਿਣ ਵਾਲੇ ਹਾਂ। ਲੋਕਤੰਤਰ ਦੇ ਅੰਦਰ ਵੋਟ ਦਾ ਮਹੱਤਵ, ਅਤੇ ਵੋਟ ਲੱਖਾਂ ਕੁਰਬਾਨੀਆਂ ਦੇਣ ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਤਾਂ ਸਾਨੂੰ ਵੋਟ ਦਾ ਰਾਈਟ ਮਿਲਿਆ। ਅਮਿਤ ਸ਼ਾਹ ਜੀ ਆਉਣ, ਕੋਈ ਹੋਰ ਲੀਡਰ ਆਵੇ, ਕੋਈ ਕੜਵਾਹਟ ਨਹੀਂ ਚਾਹੀਦੀ, ਆ ਕੇ ਮਿੱਤਰਤਾਈ ਵਾਲਾ ਸੁਨੇਹਾ ਦੇ ਕੇ ਜਾਣ, ਇਹ ਸੁਨੇਹਾ ਦੇ ਕੇ ਜਾਣ ਕਿ ਮੇਰੇ ਦੇਸ਼ ਦੀ ਮਹਾਨਤਾ ਅਨੇਕਤਾ ਦੇ ਵਿੱਚ ਏਕਤਾ ਵਾਲੀ ਹੈ, ਚਾਹੇ ਉਹ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਈਸਾਈ ਆ, ਸਭ ਤੋਂ ਪਹਿਲਾਂ ਉਹ ਭਾਰਤੀ ਹੈਗਾ, ਇੰਡੀਅਨ ਹੈ। ਦੂਸਰੇ ਪਾਸੇ ਰਣਜੀਤ ਸਿੰਘ ਢਿੱਲੋਂ ਦੇ ਹੱਕ ਦੇ ਵਿੱਚ ਜਿਹੜਾ ਮਜੀਠੀਆ ਜੀ ਆ ਰਹੇ ਆ ਔਰ ਪੈਦਲ ਮਾਰਚ ਕੱਢਣਗੇ, ਵੋਟਾਂ ਮੰਗਣਗੇ। ਸੋ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਸਾਰੇ ਲੀਡਰਾਂ ਦਾ ਵੈਲਕਮ ਆ, ਉਹਨਾਂ ਨੇ ਆਪੋ ਆਪਣੀ ਪਾਰਟੀ ਦਾ ਪੋਲਿਸੀ ਪ੍ਰੋਗਰਾਮ, ਆਪਣੀ ਪਾਰਟੀ ਦੇ ਕੈਂਡੀਡੇਟ ਦੀਆਂ ਚੰਗਿਆਈਆਂ ਲੋਕਾਂ 'ਚ ਜਾਣੀਆਂ ਚਾਹੀਦੀਆਂ ਨੇ। ਪਰ ਮੈਂ ਇੱਕ ਗੱਲ ਕਹੂੰਗਾ, ਮੈਂ ਲੋਕਾਂ ਦਾ ਫੇਸ ਸੰਗਤ ਦਾ ਰੀਡ ਕਰਨ ਤੋਂ ਬਾਅਦ ਇਹ ਗੱਲ ਕਹੂੰਗਾ ਕਿ ਰਾਜਾ ਵੜਿੰਗ ਕਾਂਗਰਸ ਪਾਰਟੀ ਦਾ ਕੈਂਡੀਡੇਟ। ਦੇਖੋ, ਪ੍ਰੋਗਰਾਮ ਦੇ ਵਿੱਚ ਤੁਸੀਂ ਇੱਕ ਛੋਟੀ ਜਿਹੀ ਮੀਟਿੰਗ ਰੱਖੀ ਸੀ, ਇੱਕ ਸੱਦਾ ਦੇਖੇ, ਤੁਸੀਂ ਦੇਖੋ ਕਿੰਨਾ ਠਾਠਾ ਮਾਰਦਾ ਇਕੱਠ ਹੋ ਗਿਆ। ਲੋਕ ਦੋਨਾਂ ਪਾਰਟੀਆਂ ਤੋਂ ਦੁਖੀ ਨੇ, ਆਮ ਆਦਮੀ ਪਾਰਟੀ ਤੋਂ ਵੀ ਅਤੇ ਭਾਰਤੀ ਜਨਤਾ ਪਾਰਟੀ ਤੋਂ ਵੀ। ਲੋਕ ਚਾਹੁੰਦੇ ਨੇ ਵੀ ਕਾਂਗਰਸ ਨੂੰ ਵੋਟ ਪਾਈਏ, ਜੋ ਪਿਛਲੇ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਹਾਲ ਕੀਤਾ, ਜੋ ਸਾਡੇ ਇੱਥੇ ਲੋਕਲ ਨੇਤਾ ਹਾਲ ਕਰਦੇ ਪਏ ਨੇ, ਉਹ ਦੇਖ ਕੇ ਦੇ ਹੋਏ ਲੋਕ ਚਾਹੁੰਦੇ ਨੇ ਵੀ ਹੁਣ ਰਾਜਾ ਵੜਿੰਗ ਦੇ ਨਾਲ ਨਾਲ ਬੈਂਸ ਸਾਹਿਬ ਦੋ MP ਬਣਾਉਣਾ ਚਾਹੁੰਦੇ ਨੇ, ਇੱਕ ਵੋਟ ਨਾਲ ਦੋ MP ਬਣਾਉਣਾ ਚਾਹੁੰਦੇ ਨੇ। ਦੋਨਾਂ ਦੀ ਜੋੜੀ ਬੜਾ ਚੰਗਾ ਕੰਮ ਕਰੇਗੀ, ਅਤੇ ਇਸ ਲਈ ਲੁਧਿਆਣੇ ਦਾ ਆਵਾਮ ਬਹੁਤ ਇੱਕ ਪਾਸੇ ਹੋ ਗਿਆ। ਇਸ ਤਰ੍ਹਾਂ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਦਲਾਅ ਹੋਏਗਾ ਲੁਧਿਆਣੇ 'ਚ? ਬਿਲਕੁਲ ਬਦਲਾਅ ਹੋਏਗਾ ਜੀ। ਲੋਕ ਤਾਂ ਪਹਿਲਾਂ ਤਾਂ ਲੁਧਿਆਣੇ ਦੇ ਵਿੱਚ ਇੱਕੋ ਲੀਡਰ ਸੀ ਸਰਦਾਰ ਸਿਮਰਜੀਤ ਸਿੰਘ ਬੈਂਸ, ਜੋ ਲੋਕਾਂ ਦੀਆਂ ਸਮੱਸਿਆਵਾਂ ਬੜੀ ਵਧੀਆ ਤਰੀਕੇ ਨਾਲ ਸੁਣਦਾ ਸੀ ਅਤੇ ਬੜਾ ਬੋਲਡ ਤਰੀਕੇ ਨਾਲ ਕੰਮ ਕਰਦਾ ਸੀ। ਅਤੇ ਰਾਜਾ ਵੜਿੰਗ ਜੀ ਦੇ ਵੀ ਕੰਮ ਤੁਸੀਂ ਆਪਾਂ 3 ਮਹੀਨੇ ਤੋਂ ਉਹਨਾਂ ਦੇ ਮੰਤਰੀ ਦੇ ਸਮੇਂ 'ਚ ਦੇਖ ਲਏ, ਕਿੰਨੇ ਬੋਲਡ ਕੰਮ ਸੀ। ਬਾਦਲਾਂ ਦੀਆਂ ਬੱਸਾਂ ਉਹਨਾਂ ਨੇ ਬੰਦ ਕਰਾ ਦਿੱਤੀਆਂ ਸੀ। ਇੱਦਾਂ ਹੀ ਬੈਂਸ ਸਾਹਿਬ ਵੀ ਵੱਡੇ ਵੱਡੇ ਤਾਕਤਾਂ ਦੇ ਖਿਲਾਫ਼ ਬੋਲਦੇ ਰਹੇ, ਜਾਂ ਦੋ ਬਲਦ ਜਿੱਦਾਂ ਬੈਂਸ ਸਾਹਿਬ ਕਹਿ ਕੇ ਗਏ ਆ, ਦੋ ਵੱਡੇ ਲੀਡਰ ਮਿਲ ਕੇ, ਦੋ ਕੰਮ ਕਰਨ ਵਾਲੇ ਬੰਦੇ ਮਿਲ ਕੇ ਇੱਕ ਤੇ 11 ਹੁੰਦੇ ਆ, ਬਦਲਾਅ ਤਾਂ ਫਿਰ 11 ਗੁਣਾ ਹੀ ਹੋ ਗਿਆ ਜੀ।